नमस्कार, तुसी देख रहे हो इंडिया क्राइम न्यूज 24। आज बटाला वार्ड नंबर 4 तो सीनियर मीत प्रधान कांग्रेस कमेटी बटाला ते उन्ना दे नाल बॉलीवुड स्टार सिंगर ते एक्टर रंजीत बावा जी ने वक्त-वक्त थावां ते जाके गरीब लोकां नूं राशन दित्ता। डिप्टी वोरा जी ने कहा कि लोग प्रशासन का साथ देन ते घट तो घट घरां तों बाहर निकलण। नाल ही उन्होंने कहा कि जिन्हां नूं राशन नहीं मिलिया उन्हां नूं वी एक दो दिन विच राशन दित्ता जाएगा। इस समय उन्होंने नाल उद्दवाली साहब चौंकी इंचार्ज अमृतपाल सिंह रंधावा, ASI कवलप्रीत, ASI पलविंदर सिंह भी मौके पर मौजूद था। बटाला तो जतिंदर कुमार ते नरेश संगोत्रा की खास रिपोर्ट। प्लीज साडे चैनल नू लाइक ते सबसक्राइब करो। ਜਦੋਂ ਦਾ ਜੀ ਇਹ ਕਰੋਨਾ ਵਾਇਰਸ ਸ਼ੁਰੂ ਹੋਇਆ ਜੀ, ਉਦੋਂ ਤੋਂ ਹੀ ਆਪਾਂ ਡਿਸਾਈਡ ਕਰ ਲਿਆ ਸੀ, ਕੋਈ ਹਫ਼ਤਾ ਪਹਿਲਾਂ ਡਿਸਾਈਡ ਕਰ ਲਿਆ ਸੀ। ਬਾਬਾ ਜੀ ਨੂੰ ਮੈਂ ਸੁਜੈਸਟ ਕੀਤਾ ਕਿ ਸਾਨੂੰ ਚਾਹੀਦਾ ਕਿ ਇੱਦਾਂ ਦੀ ਕਰੋਪੀ ਦੇ ਸਮੇਂ ਸਾਨੂੰ ਜ਼ਰੂਰ ਅੱਗੇ ਆਣ ਕੇ ਉਹ ਜਿਹੜੇ ਗਰੀਬ ਪਰਿਵਾਰ ਜਿਹੜੇ ਘਰਾਂ 'ਚ ਬੈਠ ਕੇ ਸਵੇਰੇ ਕਮਾਉਣਾ ਅਤੇ ਉਸੇ ਦਿਨ ਖਾਣਾ, ਉਹ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਅੱਜ ਪੂਰੇ ਪੁਲਿਸ ਪ੍ਰਸ਼ਾਸਨ ਨੇ SHO ਘੁੰਮਣ ਸਾਹਿਬ ਦੀਆਂ ਹਦਾਇਤਾਂ ਅਤੇ DSP ਦੇਵ ਜੀ, ਵਰਿੰਦਰਪਾਲ ਜੀ SP ਸਾਹਿਬ ਅਤੇ ਅੰਮ੍ਰਿਤਪਾਲ ਸਾਡੇ ਭਾਜੀ ਹੋਣੀ ਚੌਂਕੀ ਇੰਚਾਰਜ ਇਹ ਆਏ ਆ, ਅਤੇ ਇਹਨਾਂ ਨੇ ਪੂਰਾ ਸਹਿਯੋਗ ਦਿੱਤਾ। ਅੱਗੇ ਤੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਸਾਨੂੰ ਲੱਗੇਗਾ ਕਿ ਹਾਂ ਜਿਹੜੇ ਵੀ ਸਾਡੇ ਕੋਲ ਨਾਮ ਆਉਣਗੇ, ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਘਰ ਤੱਕ ਹੀ ਪਹੁੰਚਾਇਆ ਜਾਵੇ। ਇਹ ਇਹਨਾਂ ਚੀਜ਼ਾਂ ਦੇ ਮੱਦੇਨਜ਼ਰ ਅਸੀਂ ਪੂਰਾ ਇਸ ਚੀਜ਼ ਨੂੰ ਫੋਲੋ ਕਰ ਰਹੇ ਹਾਂ ਕਿ ਕਿਤੇ ਵੀ ਕੋਈ ਕਿਤਾਈ ਨਾ ਵਰਤੀ ਜਾਏ, ਪੁਲਿਸ ਪ੍ਰਸ਼ਾਸਨ ਵੀ ਸਾਡਾ ਪੂਰਾ ਸਾਥ ਦੇ ਰਿਹਾ। ਥੈਂਕ ਯੂ, ਥੈਂਕਸ ਜੀ। ਹੋਰ ਲੋਕਾਂ ਨੂੰ ਚਾਹੀਦਾ ਜੀ, ਜੇ ਵੇਖੋ ਵੀਰੇ ਜਿਵੇਂ ਤੁਹਾਨੂੰ ਜਿੱਥੇ ਪਤਾ ਲੱਗਦਾ ਸਾਨੂੰ ਦੱਸੋ, ਆਪਾਂ ਜ਼ਰੂਰ ਪਹੁੰਚਾਂਗੇ। ਹੋਰ ਦੱਸੋ, ਮੇਰਾ ਅਪੀਲ ਕਰਨਾ ਚਾਹੁੰਦਾ। ਅਪੀਲ ਇਹੀ ਆ ਜੀ, ਇਹ ਵਾਇਰਸ ਇਹਨੂੰ ਕੋਈ ਈਜ਼ੀ ਨਾ ਲਿਆ ਜਾਵੇ, ਆਪਣੇ ਆਪਣੇ ਘਰਾਂ ਦੇ ਵਿੱਚ ਰਿਹਾ ਜਾਵੇ। ਬਹੁਤ ਹੀ ਜ਼ਰੂਰੀ ਆ ਕਿ ਇੱਕ ਦੂਜੇ ਦੇ ਸੰਪਰਕ ਵਿੱਚ ਨਾ ਆਇਆ ਜਾਵੇ। ਬੇਨਤੀ ਆ, ਇਹਨੂੰ ਕਬੂਲ ਕੀਤਾ ਜਾਵੇ। ਇਹ ਵਧਿਆ ਅਤੇ ਇੱਦਾਂ ਵਧੂਗਾ ਕਿ ਜਿੱਦਾਂ ਨਾ ਪੈਟਰੋਲ ਪੰਪ ਦੇ ਨੰਬਰ ਡਿੱਗਦੇ ਆ ਨਾ, ਇੱਦਾਂ ਵਧਣਾ। ਮੇਰੀ ਬੇਨਤੀ ਆ ਕਿ ਆਪਾਂ ਇਹਨੂੰ ਜਿੰਨਾ ਵੀ ਕੰਟਰੋਲ ਕਰ ਸਕਦੇ ਆਪਣੇ ਘਰ ਦੇ ਵਿੱਚ। ਜੀ, ਸਾਨੂੰ ਫੋਨ ਆਇਆ ਸੀਗਾ DSP ਆਪਰੇਸ਼ਨ ਸਾਹਿਬ ਦਾ ਕਿ ਰਣਜੀਤ ਬਾਵਾ ਸਿੰਘ ਦੇ ਘਰ ਦੇ PA ਜਿਹੜੇ ਹੈਗੇ ਇੱਥੇ, ਉਹਨਾਂ ਵੱਲੋਂ ਫੋਨ ਆਇਆ ਸੀਗਾ ਕਿ ਅਸੀਂ ਰਾਸ਼ਨ ਵੰਡਣਾ, ਜਿਸ 'ਤੇ ਸਾਡੇ ਅਫਸਰਾਂ ਦੇ ਹੁਕਮਾਂ ਦੇ ਅਨੁਸਾਰ ਅਸੀਂ ਇੱਥੇ ਆਏ ਹਾਂ। ਅਤੇ ਜਿਹੜਾ ਹੁਣ ਕਰਫਿਊ ਚੱਲ ਰਿਹਾ ਉਸ ਸੰਬੰਧ ਰੱਖਦੇ ਹੋਏ ਕਿ ਜਿਹੜੇ ਗਰੀਬ ਹੈਗੇ ਇੱਥੇ, ਜਿਹੜੇ ਦਿਹਾੜੀਆਂ ਕਰ ਨਹੀਂ ਜਾ ਸਕ ਰਹੇ, ਜਿਹਨਾਂ ਦੇ ਘਰ ਰਾਸ਼ਨ ਨਹੀਂ ਸੀਗਾ, ਉਹਨਾਂ ਨੂੰ ਰਣਜੀਤ ਬਾਵਾ ਜੀ ਜਿਹੜੇ ਸਿੰਗਰ, ਉਹਨਾਂ ਦੇ ਵੱਲੋਂ ਇੱਥੇ ਰਾਸ਼ਨ ਡਿਸਟ੍ਰੀਬਿਊਟ ਕੀਤਾ। ਅਤੇ ਬਹੁਤ ਵਧੀਆ ਪਹਿਲ ਹੈ ਕਿ ਇੱਕ ਗਰੀਬ ਨੂੰ ਸਾਥ ਦੇਣਾ, ਥੋੜ੍ਹਾ ਰਾਸ਼ਨ ਦੇਣਾ, ਬਹੁਤ ਵਧੀਆ ਇੱਕ ਸਮਾਜਿਕ ਤੌਰ 'ਤੇ ਹਿੱਸਾ ਵੰਡਿਆ ਜਾਏਗਾ। ਮੈਸੇਜ ਇਹੀ ਹੈ ਕਿ ਇਸ ਟਾਈਮ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇੱਕ ਤਾਂ ਆਪਣੇ ਘਰ ਬੈਠਣਾ ਚਾਹੀਦਾ ਹੈ, ਤਾਂ ਕਿ ਹਰ ਫੈਸਿਲਿਟੀ ਜਿਹੜੀ ਆ ਸਾਡੇ SSP ਸਾਹਿਬ ਬਟਾਲੇ ਵੱਲੋਂ ਦਿੱਤੀ ਜਾ ਰਹੀ ਹੈ। ਘਰ 'ਚ ਮੈਡੀਸਿਨ ਦਿੱਤੀ ਜਾ ਰਹੀ ਹੈ, ਰਾਸ਼ਨ ਦਿੱਤਾ ਜਾ ਰਿਹਾ, ਪਲੱਸ NGOs ਜੁਆਇਨ ਕੀਤੀ ਨੇ, ਪਲੱਸ ਸ਼ਖਸੀਅਤਾਂ ਜਿਹੜੀਆਂ ਹਸਤੀਆਂ ਨੇ ਉਹਨਾਂ ਨੇ ਜੁਆਇਨ ਕੀਤਾ ਹੋਇਆ। ਅਤੇ ਇਸ ਬੈਟਰ ਹੈ ਕਿ ਆਪਣੇ ਘਰ 'ਚ ਰਹਿਣ, ਇਸ ਵਾਇਰਸ ਦੇ ਬਾਹਰ ਨਾ ਹੋਣ, ਤਾਂ ਕਿ ਵਾਇਰਸ ਨਾ ਫੈਲੇ, ਕਿਉਂਕਿ ਅਗਰ ਕੰਟਰੋਲ ਨਹੀਂ ਹੋ ਪਾਇਆ ਤਾਂ ਬਹੁਤ ਹੀ ਇੱਕ ਬੁਰਾ ਹਾਦਸੇ ਦੇ ਤੌਰ 'ਤੇ ਸਾਡੇ ਸਾਹਮਣੇ ਆਏਗਾ। ਤਾਂ ਆਪਾਂ ਘਰ 'ਚ ਬੈਠੇ ਰਹੀਏ ਅਤੇ ਆਪਾਂ ਕੋਪਰੇਟ ਕਰੀਏ ਹਰ ਇਸ ਸਾਲ ਵਿੱਚ।